ਭਾਰਤ ਦੇਸ਼ ਲੰਮਾ ਸਮਾਂ ਅੰਗਰੇਜ਼ੀ ਹਕੂਮਤ ਦਾ ਗੁਲਾਮ ਰਿਹਾ। ਅੰਗਰੇਜ਼ੀ ਹਕੂਮਤ ਦੇ ਅਤਿਆਚਾਰਾਂ, ਨਾਇਨਸਾਫੀਆਂ ਅਤੇ ਗੁਲਾਮੀ ਨੇ ਅਨੇਕਾਂ ਯੋਧਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਜਾਨ ਕੁਰਬਾਨ ਕਰ ਦਿੱਤੀ। ਕੁਝ ਦਾ ਨਾਂ ਇਤਿਹਾਸ ਦੇ ਪੰਨਿਆਂ ਉੱਪਰ ਛਪ ਗਿਆ ਅਤੇ ਕੁਝ ਉਹਨਾਂ ਪੰਨਿਆਂ ਹੇਠ ਦੱਬ ਕੇ ਰਹਿ ਗਏ। ਸਾਡੇ ਹੱਥ ਦੀ ਰੇਖਾ ਪੈਰਾਂ ਨਾਲ ਮੇਟਣ ਵਾਲਿਓ, ਉਹ ਮਖਮਲਾਂ ਅਤੇ ਰੇਸ਼ਮਾਂ ਦੇ ਵਿੱਚ ਲੇਟਣ ਵਾਲਿਓ, ਉਹ ਦੋ ਦੋ ਹੱਥੀਂ ਦੌਲਤਾਂ ਨੂੰ ਅੱਜ ਸਮੇਟਣ ਵਾਲਿਓ, ਖੋਹ ਕੇ ਸਾਡੀ ਅੱਖੀਆਂ ਦਾ ਨੂਰ, ਇੱਥੇ ਇਨਕਲਾਬ ਆਏਗਾ ਜ਼ਰੂਰ, ਇੱਥੇ ਇਨਕਲਾਬ ਆਏਗਾ ਜ਼ਰੂਰ। ਬਾਬਾ ਸੋਹਣ ਸਿੰਘ ਪਕਨਾ ਇੱਕ ਅਜਿਹਾ ਨਾਂ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਵੱਡਾ ਯੋਗਦਾਨ ਪਾਇਆ। ਉਹਨਾਂ ਦੇ ਜਿਸਮ ਦਾ ਆਖਰੀ ਕਿਣਕਾ ਦੇਸ਼ ਦੀ ਆਜ਼ਾਦੀ ਲਈ ਲੜਦਾ ਰਿਹਾ। ਬਾਬਾ ਜੀ ਦਾ ਜਨਮ 1870 ਈਸਵੀ ਨੂੰ ਪਿਤਾ ਕਰਮ ਸਿੰਘ ਦੇ ਘਰ ਮਾਤਾ ਰਾਮ ਕੌਰ ਦੀ ਕੁੱਖੋਂ ਅੰਮ੍ਰਿਤਸਰ ਤੋਂ 10 ਮੀਲ ਦੂਰ ਪਕਨਾ ਪਿੰਡ ਵਿੱਚ ਹੋਇਆ, ਜੋ ਕਿ ਅੱਗੇ ਜਾ ਕੇ ਗਦਰੀ ਬਾਬੇ ਬਣ ਗਏ। ਨਵੀਂ ਜ਼ਿੰਦਗੀ ਦੇਣ ਸਮਾਜ ਤਾਈਂ ਸਮਝਣ ਕਰਨ ਜੋ ਸਮੇਂ ਦੀ ਲੋੜ, ਗਦਰੀ ਆਪ ਮੁਣ ਆਜ਼ਾਦ ਛਡਾਉਣ ਖਾਤਰ ਦਿੰਦੇ ਪਿੰਜਰੇ ਭੰਨ ਤਰੋੜ, ਗਦਰੀ ਦਿੰਦੇ ਪਿੰਜਰੇ ਭੰਨ ਤਰੋੜ, ਗਦਰੀ। ਘਰ ਦੀ ਤੰਗੀ ਉਹਨਾਂ ਨੂੰ ਅਮਰੀਕਾ ਲੈ ਗਈ, ਜਿੱਥੇ ਭਾਰਤੀਆਂ ਨਾਲ ਹੋ ਰਹੇ ਜ਼ੁਲਮ ਨੇ ਉਹਨਾਂ ਅੰਦਰ ਇਨਕਲਾਬ ਪੈਦਾ ਕਰਨਾ ਸ਼ੁਰੂ ਕਰ ਦਿੱਤਾ। ਭਾਰਤੀਆਂ ਉੱਪਰ ਹੁੰਦੇ ਜ਼ੁਲਮ ਨੇ ਉਹਨਾਂ ਨੂੰ ਭਾਰਤ ਦੀ ਗੁਲਾਮੀ ਦਾ ਅਹਿਸਾਸ ਕਰਵਾਇਆ। 1913 ਈਸਵੀ ਵਿੱਚ ਉਹਨਾਂ ਨੇ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਬਾਨੀ ਸਨ ਬਾਬਾ ਸੋਹਣ ਸਿੰਘ ਪਕਨਾ। ਇਹ ਉਹ ਪਾਰਟੀ ਸੀ ਜਿਸਨੇ ਅੰਗਰੇਜ਼ੀ ਹਕੂਮਤ ਤੋਂ ਸੰਪੂਰਨ ਆਜ਼ਾਦੀ ਦੀ ਮੰਗ ਕੀਤੀ। ਭਾਰਤ ਵਿੱਚ ਉਸ ਸਮੇਂ ਬਹੁਤ ਛੋਟੇ ਛੋਟੇ ਇਨਕਲਾਬੀ ਗਰੁੱਪ ਸਨ, ਪਰ ਉਸਦੇ ਵਿਪਰੀਤ ਗਦਰ ਪਾਰਟੀ ਬਿਲਕੁਲ ਹੀ ਅਲੱਗ ਸੀ। ਇਹ ਲਹਿਰ ਭਾਰਤ ਦੀ ਆਜ਼ਾਦੀ ਵੱਲ ਬਹੁਤ ਵੱਡਾ ਕਦਮ ਸੀ। ਨਹੀਂ ਝਿਜਕ ਗੰਭੀਰ ਅਟਲ ਡਾਡਾ, ਵਾਧਾ ਵੱਲ ਨਿਸ਼ਾਨੇ ਦੇ ਜਾਏ ਗਦਰੀ, ਨਹੀਂ ਜਾਣ ਦਾ ਅਟਕ ਰੁਕਾਵਟਾਂ ਕੀ, ਦੁਨੀਆਂ ਚੀਰ ਪਹਾੜ ਸਦਾਏ ਗਦਰੀ, ਦੁਨੀਆਂ ਚੀਰ ਪਹਾੜ ਸਦਾਏ ਗਦਰੀ। ਇਸ ਲਹਿਰ ਨੇ ਨੌਜਵਾਨਾਂ ਇਨਕਲਾਬੀ ਬੁੱਧੀਜੀਵੀਆਂ ਦੀ ਆਜ਼ਾਦੀ ਦੇ ਘੋਲ ਪ੍ਰਤੀ ਤੰਗ ਘੇਰਿਆਂ ਵਿੱਚੋਂ ਕੱਢ ਕੇ ਵਿਸ਼ਾਲ ਸੋਚ ਪ੍ਰਦਾਨ ਕੀਤੀ। ਇਸ ਲਹਿਰ ਨੇ ਅੰਗਰੇਜ਼ੀ ਹਕੂਮਤ ਦੀਆਂ ਗੋਡਨੀਆਂ ਲਵਾ ਦਿੱਤੀਆਂ। ਇਹ ਪਾਰਟੀ ਇੰਨੀ ਖਿੱਚ ਪਾਊ ਸੀ ਕਿ ਬਹੁਤ ਘੱਟ ਸਮੇਂ ਵਿੱਚ ਹੀ ਲੋਕ ਇਸ ਨਾਲ ਜੁੜ ਗਏ। ਵਿਦੇਸ਼ ਵਿੱਚ ਰਹਿ ਕੇ ਬਾਬਾ ਜੀ ਨੇ ਆਪਣੀ ਸਾਰੀ ਕਮਾਈ ਅਤੇ ਜ਼ਿੰਦਗੀ ਦਾ ਹਰ ਹਿੱਸਾ ਪਾਰਟੀ ਨਾਮ ਕਰ ਦਿੱਤਾ। ਉਸ ਪਿੱਛੋਂ 1913 ਈਸਵੀ ਵਿੱਚ ਹੀ ਗਦਰ ਅਖਬਾਰ ਕੱਢਿਆ ਗਿਆ, ਜਿਸ ਵਿੱਚ ਬਾਬਾ ਸੋਹਣ ਸਿੰਘ ਪਖਨਾ ਦਾ ਬਹੁਤ ਵੱਡਾ ਯੋਗਦਾਨ ਰਿਹਾ। ਕਾਮਾਗਾਟਾ ਮਾਰੂ ਜਹਾਜ਼ ਦੀ ਘਟਨਾ ਤੋਂ ਬਾਅਦ 1914 ਨੂੰ ਭਾਰਤ ਵਾਪਸੀ ਸਮੇਂ ਜਦ ਬਾਬਾ ਸੋਹਣ ਸਿੰਘ ਕਲਕੱਤੇ ਪੁੱਜੇ ਤਾਂ ਦੇਸ਼ ਦੇ ਕੁਝ ਗੱਦਾਰਾਂ ਦੀ ਵਜ੍ਹਾ ਕਾਰਨ ਉਹਨਾਂ ਦੇ ਇਨਕਲਾਬੀ ਅਤੇ ਬਗਾਵਤੀ ਇਰਾਦਿਆਂ ਦਾ ਅੰਗਰੇਜ਼ੀ ਹਕੂਮਤ ਨੂੰ ਇਲਮ ਹੋ ਗਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 1915 ਵਿੱਚ ਲਾਹੌਰ ਐਕਟ ਦੇ ਤਹਿਤ 64 ਇਨਕਲਾਬੀਆਂ ਨੂੰ ਗ੍ਰਿਫਤਾਰ ਕੀਤਾ। 24 ਨੂੰ ਫਾਂਸੀ ਦੀ ਸਜ਼ਾ ਹੋਈ, ਜਿਸ ਵਿੱਚ ਬਾਬਾ ਸੋਹਣ ਸਿੰਘ ਪਕਨਾ, ਕਰਤਾਰ ਸਿੰਘ ਸਰਾਭਾ ਅਤੇ ਹੋਰ ਗਦਰੀਆਂ ਦੇ ਨਾਮ ਸ਼ਾਮਿਲ ਸਨ। ਫਾਂਸੀ ਵਾਲੇ ਦਿਨ 17 ਇਨਕਲਾਬੀਆਂ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ, ਜਿਸ ਵਿੱਚ ਬਾਬਾ ਜੀ ਦਾ ਨਾਮ ਸ਼ਾਮਿਲ ਸੀ। ਫਿਰ ਉਹਨਾਂ ਨੂੰ ਅੰਡੇਮਾਨ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਉਸ ਤੋਂ ਬਾਅਦ ਉਹਨਾਂ ਨੂੰ ਮਦਰਾਸ ਜੇਲ੍ਹ ਅਤੇ ਫਿਰ ਲਾਹੌਰ ਜੇਲ੍ਹ ਵਿੱਚ ਭੇਜਿਆ ਗਿਆ, ਜਿੱਥੇ ਉਹਨਾਂ ਦੀ ਮੁਲਾਕਾਤ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਨਾਲ ਹੋਈ। ਇੱਥੇ ਉਹਨਾਂ ਨੇ ਭਗਤ ਸਿੰਘ ਅਤੇ ਹੋਰਾਂ ਨਾਲ ਹੁੰਦੇ ਜੇਲ੍ਹ ਵਿੱਚ ਵਿਤਕਰੇ ਖਿਲਾਫ ਪ੍ਰਦਰਸ਼ਨ ਵਿੱਚ ਭੁੱਖ ਹੜਤਾਲ ਕਰ ਦਿੱਤੀ। ਲਗਾਤਾਰ 90 ਦਿਨ ਉਹ ਭੁੱਖ ਹੜਤਾਲ ਉੱਪਰ ਰਹੇ। ਫਿਰ 1930 ਵਿੱਚ ਉਹਨਾਂ ਨੂੰ 60 ਸਾਲ ਦੀ ਉਮਰ ਵਿੱਚ ਰਿਹਾਅ ਕਰ ਦਿੱਤਾ ਗਿਆ। ਇੰਨਾ ਸਮਾਂ ਜੇਲ੍ਹਾਂ ਵਿੱਚ ਰਹਿਣ ਦੇ ਬਾਵਜੂਦ ਵੀ ਉਹਨਾਂ ਵਿੱਚ ਨੌਜਵਾਨਾਂ ਜਿੰਨਾ ਜੋਸ਼ ਅਤੇ ਹਿੰਮਤ ਸੀ। ਬਾਹਰ ਆ ਕੇ ਉਹ ਅੰਗਰੇਜ਼ੀ ਸਰਕਾਰ ਦੇ ਛੱਕੇ ਛੁਡਾਉਣ ਵਿੱਚ ਲੱਗ ਗਏ। 1940 ਵਿੱਚ ਉਹਨਾਂ ਨੇ ਭਾਰਤੀ ਕਿਸਾਨ ਸਭਾ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ ਉੱਪਰ ਚੁੱਕੀ। ਜ਼ਿੰਦਗੀ ਦੇ ਅੰਤ ਤੱਕ ਉਹ ਦੇਸ਼ ਲਈ ਜਿਉਂਦੇ ਰਹੇ। ਦੇਸ਼ ਵਿੱਚ ਗੁਲਾਮੀ, ਊਚ ਨੀਚ, ਲੁੱਟ ਅਤੇ ਜ਼ਬਰ ਨੂੰ ਖਤਮ ਕਰਨ ਵਿੱਚ ਲੱਗੇ ਰਹੇ। ਜੇਲ੍ਹਾਂ ਵਿੱਚ ਰਹਿਣ ਕਾਰਨ ਉਹਨਾਂ ਦੀ ਪਿੱਠ ਵਿੱਚ ਕੁੱਬ ਪੈ ਗਿਆ ਸੀ। ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਗੁਲਾਮ ਦੇਸ਼ ਨੇ ਇੰਨਾ ਪਰੇਸ਼ਾਨ ਨਹੀਂ ਕੀਤਾ ਜਿੰਨਾ ਆਜ਼ਾਦ ਦੇਸ਼ ਦੀ ਗੁਲਾਮੀ ਨੇ ਕੀਤਾ ਹੈ। ਉਹਨਾਂ ਦੀ ਮੌਤ 1968 ਨੂੰ ਹੋ ਗਈ।
ਉਹਨਾਂ ਵਰਗੇ ਸੂਰਮੇ ਇਸ ਦੁਨੀਆਂ ਵਿੱਚ ਵਿਰਲੇ ਹੀ ਹੋਏ। ਰਹਿੰਦੀ ਦੁਨੀਆਂ ਤੱਕ ਇਹ ਉਹਦੇ ਹਮੇਸ਼ਾ ਹੀ ਅਮਰ ਰਹਿਣਗੇ। ਸਮਾਂ ਕੌਮ ਨੂੰ ਦੇਖ ਜਿੰਦਵਾਰ ਨੇ ਦਾ ਖਿੱਚੀ ਲੀਕ ਤੋਂ ਵਿੱਚ ਮੈਦਾਨ ਬਾਬਾ ਆਪ ਲੰਘ ਕੇ ਪਾਰ ਮੰਗਾ ਰਿਹਾ ਸੀ। ਵਾਰੇ ਸੀਸ ਕੋਈ ਮਰਦ ਮੈਦਾਨ ਬਾਬਾ ਨਿਦਾਨ ਸਿੰਘ ਕਰਤਾਰ ਤੇ ਸਿੰਘ ਉਦਮ ਮਾਰੀ ਛਾਲ ਸੰਤੋਖ ਜਵਾਨ ਬਾਬਾ ਜਵਾਲਾ ਸਿੰਘ ਜੇ ਸਾਥੀਆਂ ਕਿਹਾ ਵਧ ਕੇ ਜਿੱਥੇ ਕਵੇ ਤੂੰ ਵਾਰੀਏ ਜਾਨ ਬਾਬਾ ਜਿੱਥੇ ਕਵੇ ਤੂੰ ਵਾਰੀਏ ਜਾਨ ਬਾਬਾ।